ਪਹਿਲਾਂ ਮੀਟਿੰਗ ਕੀਤੀ ਸੀ ਜਿਹਦੇ 'ਚ ਅਸੀਂ ਸਾਰਿਆਂ ਨੂੰ ਓਪਨ ਡਿਸਕਸ਼ਨ ਲਈ ਬੁਲਾਇਆ ਸੀ ਕਿਉਂਕਿ ਸ਼ਹਿਰ ਵਿੱਚ ਕੁੱਤੇ ਦੇ ਆਵਾਰਾ ਕੁੱਤਿਆਂ ਦੇ ਕੱਟਣ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੈਗੀ ਹੈ, ਪ੍ਰੋਬਲਮ ਹੈ। ਅਸੀਂ ਉਸਨੂੰ ਐਡਰੈਸ ਕਰਨਾ ਚਾਹੁੰਦੇ ਹਾਂ ਅਤੇ ਲੋਕਲ ਸਾਰੀ ਜਿੰਨੀ ਸਾਡੀ ਜਨਤਾ ਉਹਨਾਂ ਦੇ ਅਸੀਂ ਵਿਚਾਰ ਵੀ ਲੈਣਾ ਚਾਹੁੰਦੇ ਸੀ ਤਾਂ ਕਿ ਇਹਦਾ ਕੋਈ ਹੱਲ ਕਰ ਸਕੀਏ ਔਰ ਲੋਕਾਂ ਦੇ ਸੁਝਾਅ ਨਾਲ ਇਸ ਨੂੰ ਪਬਲਿਕ ਮੂਵਮੈਂਟ ਵੀ ਬਣਾ ਸਕਾਂਗੇ, ਲੇਕਿਨ ਸਟੈਪ ਬਾਏ ਸਟੈਪ ਹੋਏਗਾ। ਸੋ ਅੱਜ ਦੀ ਸਾਡੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਸਾਰਿਆਂ ਤੋਂ ਅਸੀਂ ਸੁਜੈਸ਼ਨਸ ਲੈ ਲਏ ਆ, ਜਿਹਦੇ ਵਿੱਚ ਬਹੁਤ ਅੱਛੇ ਇਨਪੁੱਟਸ ਵੀ ਆਏ ਆ, ਜਿਹਦੇ ਵਿੱਚ ਵਾਲੰਟੀਅਰ ਸਰਵਿਸਿਜ਼ ਡਾਕਟਰਸ ਨੇ ਵੀ ਆਫਰ ਕੀਤੀਆਂ ਨੇ, ਰੈਜੀਡੈਂਟਸ ਨੇ ਵੀ ਦਿੱਤੀਆਂ ਨੇ ਕਿ ਉਹ ਕੇਅਰ ਟੇਕ ਕਰਨਗੇ, ਲੋਕ ਕੁੱਤਿਆਂ ਨੂੰ ਜਗ੍ਹਾ ਵੀ ਦੇਣਗੇ, ਖਾਣਾ ਵੀ ਦੇਣਗੇ ਔਰ ਉਹ ਐਗਰੈਸਿਵ ਨਾ ਹੋਣ ਉਹਦੇ ਲਈ ਪ੍ਰੋਪਰ ਮੈਜਰਸ ਵੀ ਲਵਾਂਗੇ। ਸਾਡਾ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਜੋ ਚੱਲ ਰਿਹਾ ਸੀ ਉਸ ਨੂੰ ਵੀ ਰਿਵਾਈਜ਼ ਕਰਕੇ 2 ਸਾਲ ਦੀ ਬਜਾਏ 1 ਸਾਲ ਕਰਨ ਦੇ ਯਤਨ 'ਚ ਹੈਗੇ ਹਾਂ, ਉਹਦੇ ਨਾਲ ਸਾਡੀ ਪਾਪੂਲੇਸ਼ਨ ਵੀ ਕੰਟਰੋਲ ਹੋਏਗੀ ਔਰ ਅਸੀਂ ਹਰ ਮਹੀਨੇ ਇੱਕ ਮੀਟਿੰਗ ਕਰਿਆ ਕਰਾਂਗੇ ਤਾਂ ਕਿ ਜੋ ਸਾਡਾ ਪਿਛਲੇ ਮਹੀਨੇ ਦਾ ਟਾਰਗੇਟ ਹੈ ਕਿ ਉਹ ਅਚੀਵ ਹੋਇਆ ਜਾਂ ਉਹਨੂੰ ਕੋਈ ਮਿਡ ਕੋਰਸ ਕਰੈਕਸ਼ਨ ਦੀ ਜ਼ਰੂਰਤ ਹੈ, ਉਹਦੇ ਹਿਸਾਬ ਨਾਲ ਅਸੀਂ 1 ਸਾਲ ਦੇ ਅੰਦਰ ਅੰਦਰ ਚਾਹੁੰਦੇ ਹਾਂ ਕਿ ਇਸ ਪ੍ਰੋਬਲਮ ਨੂੰ ਅਸੀਂ ਸੋਲਟ ਆਊਟ ਕਰ ਸਕੀਏ। ਕੋਈ ਵੀ ਜਿਹੜਾ ਨਵਾਂ ਇਨੀਸ਼ੀਏਟਿਵ ਲਿੱਤਾ ਜਾਂਦਾ ਹੈਗਾ ਆ, ਮੈਮ ਬਰਾੜ ਨੇ ਸਾਡੇ ਕਮਿਸ਼ਨਰ ਨੇ ਬਹੁਤ ਅੱਛਾ ਇਨੀਸ਼ੀਏਟਿਵ ਚੁੱਕਿਆ ਹੈਗਾ ਆ। ਸੁਸਾਇਟੀ ਦੀ ਇਨਵੋਲਵਮੈਂਟ ਜਦੋਂ ਵੀ ਇਸ ਤਰ੍ਹਾਂ ਦੇ ਬਰਨਿੰਗ ਇਸ਼ੂਜ਼ ਦੇ ਵਿੱਚ ਹੁੰਦੀ ਹੈ ਤਾਂ ਕੋਈ ਨਾ ਕੋਈ ਨਤੀਜਾ ਜ਼ਰੂਰ ਨਿਕਲਦਾ ਆ। ਅੱਜ ਕਾਫੀ ਮਾਤਰਾ ਚ ਵਿੱਚ ਆਏ ਸੀਗੇ ਡੋਗ ਲਵਰਸ ਵੀ ਔਰ ਉਹ ਲੋਕ ਵੀ ਜਿਨ੍ਹਾਂ ਨੂੰ ਡੋਗਸ ਤੋਂ ਪ੍ਰੋਬਲਮ ਹੈਗੀ ਹੈ, ਲੇਕਿਨ ਜਦੋਂ 2 ਜਣੇ ਇੱਕ ਜਗ੍ਹਾ ਪਲੇਟਫਾਰਮ ਤੇ ਬੈਠੇ ਹੈ ਤਾਂ ਕਾਫੀ ਅੱਛੇ ਸੁਝਾਅ ਵੀ ਆਏ ਹੈਗੇ ਆ, ਸੁਜੈਸ਼ਨਸ ਵੀ ਹੈਗੇ ਆ, ਚਾਹੇ ਉਹ ਸ਼ੈਲਟਰ ਹੋਮ ਬਣਾਉਣ ਦਾ ਆ ਜਾਂ ਉਹਨਾਂ ਨੂੰ ਫੀਡ ਕਰਨ ਦਾ ਆ ਜਾਂ ਉਹਨਾਂ ਦੀ ਕੇਅਰ ਟੇਕਰ ਦਾ ਹੈਗਾ ਆ, ਤੇ ਇੱਕ ਸਾਰਿਆਂ ਨੂੰ ਇਨਵੋਲਵ ਕਰਕੇ ਸੁਸਾਇਟੀ ਨੂੰ, ਐਨ ਜੀ ਓਜ਼ ਨੂੰ ਔਰ ਅਥਾਰਟੀਜ਼ ਨੂੰ ਐਸਾ ਇੱਕ ਪਲੇਟਫਾਰਮ ਜ਼ਰੂਰ ਦਿੱਤਾ ਜਾਏਗਾ ਜਿੱਥੇ ਇਹ ਸਮੱਸਿਆ ਜਿਹੜੀ ਹੈਗੀ ਹੈ ਉਹ 100% ਨਾ ਸਹੀ 90% ਤੱਕ ਖਤਮ ਹੋ। May ਨੂੰ ਬੁਲਡੋਜ਼ਰ ਦੇ ਕਰਕੇ 4 ਡੋਗਸ ਵਰ ਕਿਲਡ ਐਂਡ ਉਹ ਸ਼ੈਲਟਰ ਟੈਂਪਰੇਰੀ ਸ਼ੈਲਟਰ ਸੀਗਾ ਜਿਹੜਾ ਕਿ ਇੱਕ ਡੰਪਿੰਗ ਏਰੀਆ 'ਚ ਬਣਿਆ ਸੀ ਜਿਹਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ। ਦੈਟ ਵਾਜ਼ ਅ ਵੇਸਟੇਜ ਗਾਰਬੇਜ ਏਰੀਆ ਜਿਹਨੂੰ ਇੱਕ ਬੁੱਢੇ ਬਜ਼ੁਰਗ ਨੇ ਚੇਂਜ ਕਰਕੇ ਪੂਰਾ ਉਹਨਾਂ ਨੂੰ ਡੋਗਸ ਲਈ, ਉਹਨੇ ਜਿਹੜੇ ਡੋਗਸ ਸਟ੍ਰੇ ਡੋਗਸ ਹੁੰਦੇ ਆ, ਇੰਜਰਡ ਡੋਗਸ ਹੁੰਦੇ ਆ, ਓਲਡ ਏਜ ਡੋਗਸ ਹੁੰਦੇ ਆ, ਉਹਨਾਂ ਨੂੰ ਉਹ ਫੀਡਿੰਗ ਵਗੈਰਾ ਉਹਨਾਂ ਦੀ ਟ੍ਰੀਟਮੈਂਟ ਸਭ ਉੱਥੇ ਟੇਕ ਕੇਅਰ ਕਰਦਾ ਸੀ, ਰਾਦਰ ਡਾਕਟਰਸ ਵੀ ਉਹਦੇ ਨਾਲ ਇੰਗੇਜ ਸੀਗੇ ਕੁਛ। ਕੱਲ੍ਹ ਉੱਥੇ ਅਗੇਨ ਇਹ ਹਰਕਤ ਹੋਈ ਹੈ ਬਟ ਦੇ ਵਰ ਵੈਰੀ ਕੋਪਰੇਟਿਡ ਵਿਦ ਮੀ। ਮੈਂ ਉਹਨਾਂ ਨੂੰ ਕਿਹਾ ਵਿਦਆਊਟ ਅ ਵਾਰਨਿੰਗ ਦੇਰ ਇਜ਼ ਅ ਨੋ ਲੋ, ਤੁਸੀਂ ਕਿਸੇ ਚੀਜ਼ ਨੂੰ ਤੋੜ ਨਹੀਂ ਸਕਦੇ, ਤੁਸੀਂ ਇਹਨੂੰ ਹੱਥ ਨਹੀਂ ਲਗਾਉਣਾ। ਆਈ ਸੈਡ ਮੈਂ ਮੈਮ ਤੋਂ ਇੱਕ ਵਾਰੀ ਪਰਮਿਸ਼ਨ ਲਊਂਗੀ, ਅਦਰਵਾਈਜ਼ ਮੈਂ ਬਾਏ ਕਰਾਂ, ਮੈਂ ਉਹਨਾਂ ਨੂੰ ਖਰੀਦ ਕੇ ਦੇਵਾਂ, ਮੈਂ ਉਹਨਾਂ ਨੂੰ ਕਿਸੇ ਜਗ੍ਹਾ 'ਤੇ ਸ਼ਿਫਟ ਕਰਾਵਾਂ, ਦੈਟ ਇਜ਼ ਮਾਈ ਹੈਡਿਕ, ਲੈਟ ਮੀ ਸਪੀਕ ਟੂ ਦਾ ਮੈਮ। ਜੇ ਤੁਸੀਂ ਅੱਜ ਵੀ ਉਹਨਾਂ ਨੂੰ ਦੇਖੋ, ਜੇ ਹਿਊਮਨ ਮਰਦਾ ਤਾਂ ਉੱਥੇ ਤੁਸੀਂ ਚਾਰਜ ਲਗਾਉਂਦੇ ਹੋ, ਐਨੀਮਲ ਮਰਦਾ ਫੋਰ ਨੋ ਮਤਲਬ ਕੋਸਟ, ਉਹਦੀ ਕੋਈ ਕੀਮਤ ਨਹੀਂ, ਉਹਦੀ ਕੋਈ ਵੈਲਿਊ ਨਹੀਂ, ਦੈਟ ਇਜ਼ ਨੋਟ ਅਲਾਊਡ। ਇਹ ਮੈਂ MCL ਨੂੰ ਪੂਰੇ ਚੈਲੰਜ ਨਾ ਕਹੂੰਗੀ, ਜੇ ਡੋਗ ਇੱਦਾਂ ਤੁਸੀਂ ਮਰਵਾਓਗੇ ਦੈਟ ਇਜ਼ ਵੈਰੀ ਅਨਫੇਅਰ। ਮੈਨੂੰ ਪਤਾ ਮੈਨੂੰ ਬਹੁਤ ਕੋਪਰੇਸ਼ਨ ਮਿਲ ਰਹੀ ਹੈ MCL ਤੋਂ, ਯਹਾਂ ਕੀ ਡਿਸਕਸ਼ਨ ਬਹੁਤ ਹੈਲਦੀ ਵੀ ਹੈ, ਲੇਕਿਨ ਕੁਛ ਲੋਕ ਇਸ ਡਿਸਕਸ਼ਨ ਕੇ ਅਗੇਂਸਟ ਵੀ ਹੈ, ਬਿਕਾਜ਼ ਜੋ ਐਨੀਮਲ ਲਵਰਸ ਹੈ ਵੋ ਐਨੀਮਲਸ ਕੋ ਸਪੋਰਟ ਕਰ ਰਹੇ ਹੈ ਔਰ ਜੋ ਐਨੀਮਲ ਲਵਰਸ ਨਹੀਂ ਹੈ ਵੋ ਹਮ ਲੋਕੋ ਕੇ ਖਿਲਾਫ ਹੈ ਕਿ ਹਮ ਲੋਕ ਸਟ੍ਰੇ ਐਨੀਮਲਸ ਕੋ ਖਾਣਾ ਦੇਤੇ ਹੈ, ਸਟ੍ਰੇ ਡੋਗਸ ਕਾਟਤੇ ਹੈ, ਪਰ ਕੋਈ ਵੀ ਸਟ੍ਰੇ ਡੋਗ ਐਸੇ ਨਹੀਂ ਕਾਟਤਾ ਜਬ ਤੱਕ ਉਸਕੋ ਤੰਗ ਨਾ ਕੀਆ ਜਾਏ, ਬਿਕਾਜ਼ ਮੈਨੇ ਵੀ ਸਟ੍ਰੇ ਡੋਗਸ ਰੱਖੇ ਹੋਏ ਹੈ ਐਂਡ ਹਮ ਲੋਕੋ ਕੋ ਤੋ ਕਭੀ ਨਹੀਂ ਕਾਟਾ, ਪਰ ਉਹਨੇ ਕਾਟਾ ਹੈ, ਮੈਨੇ ਦੇਖਾ ਹੈ ਬੱਚੇ ਕੋਈ ਉਨਕੀ ਪੂੰਛ ਖਿੱਚਤਾ ਹੈ, ਕੋਈ ਉਹਨੇ ਪੱਥਰ ਮਾਰਤਾ ਹੈ, ਤੋ ਵੋ ਤੋ ਇਨਸਾਨ ਕੇ ਸਾਥ ਵੀ ਹੈ, ਅਗਰ ਆਪ ਉਸਕੋ ਥੱਪੜ ਮਾਰੋਗੇ ਤੋ ਵੋ ਵਾਪਸ ਜਵਾਬ ਤੋ ਦੇਗਾ ਹੀ। ਸਿਟੀ ਐਡਮਿਨਿਸਟ੍ਰੇਸ਼ਨ ਨੇ ਕੰਮ ਸ਼ੁਰੂ ਕੀਤਾ ਹੈ ਇਹਨਾਂ ਸਟਰਲਾਈਜੇਸ਼ਨ ਦਾ, ਇਹ ਬਹੁਤ ਵਧੀਆ ਹੈ, ਪਰ ਇਹ ਇੱਕ ਦਿਨ 'ਚ ਨਹੀਂ ਹੋਣਾ, ਇਲ ਟੇਕ ਏ ਈਅਰ ਪਲੱਸ, ਔਰ ਇਸ ਟਾਈਮ ਇਹ ਸਾਰਿਆਂ ਨੂੰ ਜਿਹੜੇ ਡੋਗ ਲਵਰ ਵੀ ਹੈ ਅਤੇ ਜਿਹੜੇ ਨਹੀਂ ਵੀ ਨੇ ਸਹਿਯੋਗ ਦੇਣ ਦੀ ਲੋੜ ਹੈ। 1-2 ਸਾਲ ਦੇ ਵਿੱਚ ਇਹਦਾ ਹੱਲ ਆਪਣੇ ਆਪ ਨਿਕਲੇ ਆਉਣਾ, ਬਿਕਾਜ਼ ਦੀ ਪਾਪੂਲੇਸ਼ਨ ਓਵਰਰਾਈਡ ਕੰਟਰੋਲ ਹੋ ਜਾਊਗੀ।